ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਦੀ ਜਾਇਦਾਦ ਨੂੰ ਖੁਰਦਬੁਰਦ ਕਰਨ ਦੇ ਗੰਭੀਰ ਮਸਲੇ ਵਿੱਚ ਦਿੱਲੀ ਦੇ ਸਿੱਖ ਆਗੂ 5 ਮਾਰਚ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਹਨ। ਸਕੂਲ ਦੀ ਜਾਇਦਾਦ ਦਾ ਮਸਲਾ 1982 ਅਤੇ 83 ਦਾ ਹੈ। ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਆਪਣੇ ਸਮੇਂ ਸਕੂਲੀ ਘਪਲੇ ਦੇ ਜ਼ਿੰਮੇਵਾਰਾਂ ਖਿਲਾਫ਼ ਕਾਰਵਾਈ ਕੀਤੀ ਸੀ। ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮਸਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਦਿੱਲੀ ਦੀ ਸਿੱਖ ਲੀਡਰਸ਼ਿਪ ਵਿੱਚ ਹੁਣ ਫੁੱਟ ਪੈਣ 'ਤੇ ਇਹ ਫਿਰ ਮਾਮਲਾ ਗਰਮਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ MS ਬਲਾਕ ਹਰੀਨਗਰ ਨਵੀਂ ਦਿੱਲੀ ਵਿੱਚ ਹੋਈਆਂ ਬੇਨੇਮੀਆਂ ਬਾਰੇ ਸੰਗਤਾਂ ਅਤੇ ਰਮਿੰਦਰ ਸਿੰਘ ਸਵੀਟਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੀ ਸ਼ਿਕਾਇਤ ਦਾ ਨੋਟਿਸ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਮਨਜੀਤ ਸਿੰਘ GK, ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਇਸ ਸਕੂਲ ਨਾਲ ਸੰਬੰਧਿਤ ਜੋ ਵੀ ਰਿਕਾਰਡ ਹੈ ਉਹ 5 ਮਾਰਚ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੁਦ ਲੈ ਕੇ ਪਹੁੰਚਣ ਲਈ ਕਿਹਾ ਗਿਆ ਹੈ, ਤਾਂ ਜੋ ਇਸ ਕੇਸ ਦੀ ਅਸਲੀਅਤ ਦਾ ਪਤਾ ਲਗਾਇਆ ਜਾ ਸਕੇ ਅਤੇ ਪੰਥ ਦੀ ਜਾਇਦਾਦ ਨੂੰ ਖੁਰਦਬੁਰਦ ਹੋਣ ਤੋਂ ਬਚਾਇਆ ਜਾ ਸਕੇ। ਇਹਨਾਂ ਦਾ ਭਾਵੇਂ ਦਿੱਲੀ ਕਮੇਟੀ ਹੈ ਤੇ ਭਾਵੇਂ ਇਹਨਾਂ ਦਾ ਸਿਰਫ ਲੁੱਟਣ ਦਾ ਪ੍ਰੋਗਰਾਮ ਰਿਹਾ ਹੈ। ਅਸੀਂ ਹੁਣ 123 ਕਰੋੜ ਛੱਡ ਕੇ ਗਏ ਸਾਂ, 70 ਕਰੋੜ ਦੇ ਕੰਮ ਕਰਾਏ ਸਨ ਆਖਰੀ ਸਾਲਾਂ 'ਚ, ਅੱਜ ਉੱਥੇ 1 ਰੁਪਿਆ ਵੀ ਨਹੀਂ ਹੈ, ਸਭ ਖਾ ਗਏ। ਸਗੋਂ ਕੱਢਾਂਗੇ ਤੇ 200 ਕਰੋੜ ਰੁਪਿਆ ਨਿਕਲੇਗਾ ਇਹਨਾਂ ਦੇ ਕੋਲੋਂ। ਪਹਿਲੀ ਵਾਰ ਹੈ ਕਿ ਦਿੱਲੀ ਕਮੇਟੀ ਦੇ ਵਿੱਚ ਬਾਦਲ ਦਲ ਪਾਸ ਕਰਦਾ ਐਗਜੈਕਟਿਵ ਦੇ ਵਿੱਚ ਕਿ ਮਨਜੀਤ ਸਿੰਘ GK 5 ਕਰੋੜ ਖਾ ਗਿਆ, ਫਿਰ 195 ਕਰੋੜ ਤੁਸੀਂ ਦੱਸੋ ਉਹ ਕਿੱਥੇ ਗਏ। ਅਸੀਂ ਕਹਿ ਰਹੇ ਹਾਂ, ਅਪੋਜੀਸ਼ਨ ਵਾਲੇ ਕਹਿ ਰਹੇ ਹਾਂ ਵੀ ਤੁਸੀਂ 200 ਕਰੋੜ ਖਾਦਾ ਹੈ, 5 ਕਰੋੜ ਤੁਸੀਂ ਐਗਜੈਕਟਿਵ ਪਾਸ ਕਰਦਾ ਮਨਜੀਤ ਸਿੰਘ ਖਾ ਗਿਆ, ਚਲੋ 5 ਕਰੋੜ ਉਸ ਕੋਲ ਲਵੋ, 195 ਕਰੋੜ ਤੁਸੀਂ ਦਿਓ, ਇਸ 'ਚ ਬਾਦਲ ਨੂੰ ਕਿੰਨੇ ਦਿੱਤੇ ਨੇ ਉਹ ਉਸ ਕੋਲ ਲਵੋ। ਮਤਲਬ ਇਹ ਜਿਹਾ ਮਤਾ ਕਦੀ ਵੇਖਿਆ ਹੈ ਨਾ ਕਮੇਟੀਆਂ ਦੇ ਵਿੱਚ ਪਾਸ ਹੋਇਆ? ਇਹ ਤਾਂ ਖੁਦ ਮੰਨ ਗਏ ਬਿਲਕੁਲ ਵੀ ਅਸੀਂ ਮਾਲ ਲੁੱਟਿਆ ਖੂਬ। ਨਹੀਂ ਕਰ ਰਹੇ ਮਨਜੀਤ ਸਿੰਘ GK ਔਰ ਮਿਲ ਕੇ, ਇਹ ਕੰਮ ਇਹਨਾਂ ਨੇ ਪਹਿਲਾਂ ਵੀ ਕੀਤਾ ਹੈ। ਜੱਜ ਸਾਹਿਬ ਸੁਣ ਕੇ ਹੈਰਾਨ ਹੋਏ ਜਦੋਂ ਅਸੀਂ ਇਹ ਦੱਸਿਆ ਕਿ ਸਰਦਾਰ ਮਨਜੀਤ ਸਿੰਘ GK ਤੇ ਧੋਖਾਧੜੀ ਦਾ ਪਹਿਲਾਂ ਵੀ ਮੁਕੱਦਮਾ ਦਰਜ ਆ। ਅਸੀਂ ਜੱਜ ਸਾਹਿਬ ਨੂੰ, ਮੈਂ ਖੁਦ ਕੋਰਟ 'ਚ ਬਹਿਸ ਕਰਦੇ ਹੋਏ ਇਹ ਗੱਲ ਦੱਸੀ ਕਿ ਦਿੱਲੀ ਕਮੇਟੀ ਦੇ ਇਤਿਹਾਸ ਦੇ ਅੰਦਰ ਇਹ ਕਲੰਕਿਤ ਪ੍ਰਧਾਨ ਜਿਹੜਾ ਮਨਜੀਤ ਸਿੰਘ GK, ਜਿਹਨੇ ਸਾਰੀ ਕੌਮ ਨੂੰ ਕਲੰਕਿਤ ਕੀਤਾ ਹੈ, ਇਹ ਪਹਿਲੀ ਵਾਰ ਨਹੀਂ ਦੂਜੀ ਵਾਰ ਕਰਨ ਜਾ ਰਿਹਾ। ਮੈਂ ਦੱਸਿਆ ਕਿ ਇਸ ਤਰੀਕੇ ਇਹਨਾਂ ਨੇ ਆਪਣੇ ਸਹੁਰੇ ਪਰਿਵਾਰ ਦੀ ਜਾਇਦਾਦ ਇਸੇ ਮੋਡਸ ਓਪਰੈਂਡਾਈ ਨਾਲ ਹੱਥੀ ਆ, ਜੇ ਆਹ ਮੋਡਸ ਓਪਰੈਂਡਾਈ ਉੱਥੇ ਅਡਾਪਟ ਕੀਤੀ, ਵਿਲ ਚੋਰੀ ਕਰਨ ਤੋਂ ਬਾਅਦ ਕੋਰਟ 'ਚ ਗਏ, ਆਪਸ ਮਿਲ ਕੇ ਕਹਿਤਾ ਸਾਡੇ ਕੋਲ ਪ੍ਰੋਪਰਟੀ ਦੇ ਕਾਗਜ਼ ਨਹੀਂ ਹੈਗੇ, ਪ੍ਰੋਪਰਟੀ ਵਾਪਸ ਦੇ ਦਿਓ। ਸੇਮ ਕੰਮ ਮਨਜੀਤ ਸਿੰਘ GK ਨੇ ਪਹਿਲਾਂ ਵੀ ਕੀਤਾ। ਜੱਜ ਸਾਹਿਬ ਨੂੰ ਅਸੀਂ ਇਹ ਵੀ ਦੱਸਿਆ ਇਹ ਜਾਇਦਾਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਆ, 2000 ਸਾਡੇ ਆਉਣ ਤੋਂ ਪਹਿਲਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਗੁਰਦੁਆਰਾ ਕਮੇਟੀ ਦੇ ਕੋਲ ਆ, ਕਿਸੇ ਨੇ ਵੀ ਅੱਜ ਤੱਕ ਇਸ ਜਾਇਦਾਦ ਤੇ ਕਲੇਮ ਨਹੀਂ ਕੀਤਾ। ਮੈਂ ਸਮਝਦਾ ਵਾਂ ਕਿ ਇਹਨਾਂ ਦਾ ਆਪਸ ਦੇ ਵਿੱਚ ਇਹ ਐਗਰੀਮੈਂਟ ਸੀਗਾ ਕਿ ਸਰਸੇ ਨੇ ਜਿਵੇਂ ਬਸੰਤ ਵਿਹਾਰ ਸਕੂਲ ਦੇ ਆਪਣੇ ਪਾਰਟਨਰ ਨੂੰ ਦਿੱਤਾ ਹੋਇਆ ਸੀਗਾ, ਜਿਹੜਾ ਸਾਰਾ ਉੱਥੋਂ ਦਾ ਹੈਲਥ ਕਲੱਬ ਹੋ ਗਿਆ, ਸਵਿਮਿੰਗ ਪੂਲ ਹੋ ਗਿਆ, ਉੱਥੋਂ ਦਾ ਜਿਮ ਹੋ ਗਿਆ, ਔਰ ਉਹ ਪੈਸੇ ਖਾ ਰਿਹਾ ਸੀਗਾ। ਸਿਰਸੇ ਨੇ ਅੱਜ ਤੱਕ ਕੋਈ ਜਮ੍ਹਾਂ ਨਹੀਂ ਹੋਇਆ, ਨਾ ਉਹਦੇ ਪਾਰਟਨਰ ਨੇ, ਨਾ ਇਹਨੇ ਜਮ੍ਹਾਂ ਕਰਾਇਆ। ਜਦੋਂ ਉਹ ਚੀਜ਼ ਅਸੀਂ ਨੰਗੀ ਕੀਤੀ, ਇਸਨੇ ਉੱਥੇ ਤਾਲਾ ਮਾਰਤਾ। ਹਰਗੋਬਿੰਦ ਇਨਕਲੇਵ 'ਚ 2.5 ਏਕੜ ਦਾ ਸਕੂਲ ਇਹਨੇ ਦੇ ਦਿੱਤਾ, ਆਖਤਾ ਜੀ 4 ਲੱਖ ਰੁਪਿਆ ਉਹ ਗੁਰੂ ਦੀ ਗੋਲੀ 'ਚ ਮੱਥਾ ਟੇਕ ਦੇਗਾ। ਮੱਥਾ ਕਿਉਂ ਟੋਕ ਦੇਗਾ? ਉਹ ਐਗਰੀਮੈਂਟ 'ਚ ਹੋਣਾ ਚਾਹੀਦਾ ਸੀਗਾ। ਹਿੱਤ ਨੂੰ ਆਖ ਦਿੱਤਾ ਕਿ ਤੂੰ ਇਹ ਸਕੂਲ ਲੈ ਲੈ ਔਰ ਜੋ ਮਰਜ਼ੀ ਕਰ, ਮੈਂ ਤੈਨੂੰ ਨਹੀਂ ਪੁੱਛਾਂਗਾ। ਅੱਜ ਮੈਂ ਸਮਝਦਾ ਕਿ ਸਾਰਾ ਝੂਠ ਇਹਨਾਂ ਨੇ ਆਪ ਹੀ ਨੰਗਾ ਕਰ ਦਿੱਤਾ। ਅਗਰ ਇਹ ਚਿੱਠੀ ਨਾ ਕੱਢ ਦੇਣਾ ਤਾਂ ਮਿਲਣੀ ਮੁਸ਼ਕਿਲ ਸੀਗਾ, ਲੇਕਿਨ ਇਹ ਚਿੱਠੀ ਨਿਕਲਣ ਦੇ ਨਾਲ ਸਾਬਤ ਹੋ ਗਿਆ ਕਿ ਇਹ ਟੋਟਲ ਤੇ ਟੋਟਲ ਝੂਠ ਫਰੇਬ। ਔਰ ਸਰਸਾ ਸਾਹਿਬ ਮਾਸਟਰ ਨੇ ਅੱਜ ਤੱਕ ਕਬਜ਼ੇ ਹੀ ਕੀਤੇ ਨੇ, ਤੁਸੀਂ ਕੀ ਤੁਹਾਡੇ ਬਜ਼ੁਰਗਾਂ ਨੇ ਵੀ ਕੀਤੇ, ਉਹ ਤਾਂ ਸਦਾ ਹੀ ਆਫਤਾਂ ਨੇ। ਤੁਸੀਂ ਲੋਕਾਂ ਦੀਆਂ ਪ੍ਰਾਪਰਟੀਆਂ ਇੱਥੇ ਆਈਆਂ ਨੇ, ਭਾਵੇਂ ਕੋਈ ਵਿਡੋ ਹੋਵੇ, ਭਾਵੇਂ ਕੋਈ ਹੈਂਡੀਕੈਪਡ ਹੋਵੇ, ਭਾਵੇਂ ਕੋਈ ਮੰਦ ਬੁੱਧੀ ਵਾਲਾ ਹੋਵੇ, ਤੁਸੀਂ ਉਹਨਾਂ ਦੇ ਅੰਗੂਠੇ ਲਵਾ ਕੇ ਨਕਲੀ ਕਾਗਜ਼ ਬਣਵਾ ਕੇ ਸਾਰਾ ਕੰਮ ਕੀਤਾ ਤੇ ਅੱਜ ਵੀ ਗੁਰਦੁਆਰਾ ਕਮੇਟੀ 'ਚ ਇਹੀ ਕਰ ਰਿਹਾ, ਔਰ ਤੁਹਾਨੂੰ ਇਹ ਭੁਗਤਣਾ ਪਏਗਾ। ਦਿੱਲੀ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਸਵੀਟਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੀਨੀਅਰ ਨੇਤਾ ਅਵਤਾਰ ਸਿੰਘ ਹਿੱਤ ਵੱਲੋਂ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਮੇਟੀ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ ਦੀ ਜਾਇਦਾਦ ਹੜੱਪ ਕਰਨ ਲਈ ਸਾਜ਼ਿਸ਼ ਰਚੀ ਗਈ ਹੈ ਅਤੇ ਇਹਨਾਂ ਵੱਲੋਂ ਗੁਰੂ ਦੀ ਗੋਲਕ ਨੂੰ ਪ੍ਰਾਈਵੇਟ ਚੈਨਲ ਨੂੰ ਲੁਟਾਇਆ ਗਿਆ ਹੈ, ਜਿਸ ਨੂੰ ਵੇਖਦਿਆਂ ਇਹਨਾਂ ਅਤੇ ਇਹਨਾਂ ਦੇ ਸਾਥੀਆਂ ਨੂੰ ਸਿੱਖ ਪੰਥ ਤੋਂ ਛੇਕਿਆ ਜਾਵੇ। ਤੁਸੀਂ ਅਗਰ ਹਾਊਸਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ। ਅਬੈਕਸ ਸੈਂਟਰ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦੀ ਅਤੇ ਇੱਕ ਮਿਨੀਮਮ ਇਨਵੈਸਟਮੈਂਟ ਵਿੱਚ ਤੁਸੀਂ ਐਜ਼ ਅ ਫਰੈਂਚਾਈਜ਼ ਅਬੈਕਸ ਸੈਂਟਰ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ ਅਤੇ ਪਰ ਮੰਥ ਮਿਨੀਮਮ 25 ਤੋਂ 40 ਹਜ਼ਾਰ ਅਰਨ ਕਰ ਸਕਦੇ ਹੋ।
ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।